ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵੀਡੀਓ ਦੇ ਵਿੱਚ ਅੱਜ ਅਸੀਂ 5ਵੀਂ ਕਲਾਸ ਦਾ ਪਾਠ ਨੰਬਰ 3 ਕਰਾਂਗੇ 12 ਮਾ 12 ਮਾ ਇੱਕ ਹਫ਼ਤਾ ਹੈ ਜਿਸ ਤੇ ਵਿੱਚ ਸਾਨੂੰ ਮਹੀਨਿਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਦੇਸੀ ਮਹੀਨਿਆਂ ਦੇ ਬਾਰੇ ਕਿ ਕਿਸ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੁੰਦਾ ਹੈ ਕਿਸ ਮਹੀਨੇ ਦੇ ਵਿੱਚ ਕਿਹੜਾ ਕੰਮ ਕੀਤਾ ਜਾਂਦਾ ਹੈ ਇਹ ਸਭ ਜਾਣਕਾਰੀ ਸਾਨੂੰ ਇਸ ਕਵਤਾ ਦੇ ਵਿੱਚ ਦਿੱਤੀ ਗਈ ਹੈ ਇਸ ਕਵਤਾ ਦੇ ਪ੍ਰਸ਼ਨ ਉੱਤਰ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ ਪ੍ਰਸ਼ਨ ਨੰਬਰ 1 ਹੈ ਸਾਡੇ ਕੋਲ ਵਿਸਾਖੀ ਕਿਸ ਮਹੀਨੇ ਮਨਾਾਈ ਜਾਂਦੀ ਹੈ ਉੱਤਰ ਵਿਸਾਖ ਵਿੱਚ ਵਿਸਾਖੀ ਕਦੋਂ ਮਨਾਾਈ ਜਾਂਦੀ ਹੈ ਜੀ ਵਿਸਾਖ ਦੇ ਮਹੀਨੇ ਪ੍ਰਸ਼ਨ ਨੰਬਰ 2 ਹੈ ਸਾਡੇ ਕੋਲ 12 ਮਾਹ ਦਾ ਕੀ ਭਾਵ ਹੈ 12 ਮਾਹ ਦਾ ਕੀ ਭਾਵ ਹੈ ਉੱਤਰ 12 ਦੇਸੀ ਮਹੀਨਿਆਂ ਦੇ ਨਾਵਾਂ ਨੂੰ ਆਧਾਰ ਬਣਾ ਕੇ ਲਿਖੀ ਕਵਤਾਂ ਨੂੰ 12 ਮਾਹ ਕਿਹਾ ਜਾਂਦਾ ਹੈ ਦੇਖੋ ਜਿਹੜਾ ਇਹ ਪਾਠ ਹੈ ਇਹਦਾ ਨਾਂ ਕੀ ਹੈ 12 ਮਾਹ ਕਿਉਂ ਕਿ ਇਹਦੇ ਵਿੱਚ 12 ਦੇਸੀ ਮਹੀਨਿਆਂ ਨੂੰ ਆਧਾਰ ਬਣਾ ਕੇ 12 ਦੇ ਸਿਮੀਨਿਆਂ ਦੇ ਨਾਮਾਂ ਨੂੰ ਵਿੱਚ ਇਨਵੋਲਵ ਕਰਕੇ ਸ਼ਾਮਿਲ ਕਰਕੇ ਇੱਕ ਕਵਿਤਾ ਲਿਖੀ ਗਈ ਹੈ ਜਿਸ ਨੂੰ 12ਵਾਂ ਕਿਹਾ ਜਾਂਦਾ ਹੈ 12ਵਾਂ ਮਾਂ ਦੇ ਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂਆਂ ਦੀਆਂ ਬਾਣੀਆਂ ਵੀ ਦਰਜ ਨੇ ਉਹਨਾਂ ਨੇ 12 ਦੇ ਸਿਮੀਨਿਆਂ ਦੀ ਗੱਲ ਕੀਤੀ ਗਈ ਹੈ ਉਹਦੇ ਵਿੱਚ ਵੀ 12ਵਾਂ ਮਾਂ ਜੋ ਗੁਰੂਆਂ ਦੁਆਰਾ ਰਚੇ ਗਏ ਨੇ ਉਹਨਾਂ ਦੇ ਵਿੱਚ ਵੀ 12 ਦੇ ਸਿਮੀਨਿਆਂ ਦੀ ਗੱਲ ਕੀਤੀ ਗਈ ਹੈ ਪ੍ਰਸ਼ਨ ਨੰਬਰ 3 ਹੈ ਸਾਡੇ ਕੋਲ ਫੱਗਣ ਮਹੀਨਾ ਸਭ ਦੇ ਮਨ ਨੂੰ ਕਿਉਂ ਪਾਉਂਦਾ ਹੈ ਉੱਤਰ ਕਿਉਂਕਿ ਫੱਗਣ ਮਹੀਨੇ ਵਿੱਚ ਹਰ ਪਾਸੇ ਫੁੱਲ ਖਿੜ ਜਾਂਦੇ ਹਨ ਕਿਉਂਕਿ ਫੱਗਣ ਮਹੀਨੇ ਦੇ ਵਿੱਚ ਹਰ ਪਾਸੇ ਫੁੱਲ ਖਿੜ ਜਾਂਦੇ ਨੇ ਮੌਸਮ ਜਿਹੜਾ ਬਹੁਤ ਵਧੀਆ ਹੁੰਦਾ ਹੈ ਅਤੇ ਹਰ ਸਾਰੇ ਪਾਸੇ ਹਰਿਆਲੀ ਪੈਦਾ ਹੋਣ ਲੱਗ ਜਾਂਦੀ ਹੈ ਪ੍ਰਸ਼ਨ ਨੰਬਰ 1 ਹੈ ਸਾਡੇ ਕੋਲ ਅਸੂ ਮਹੀਨੇ ਮੌਸਮ ਕਿਹੋ ਜਿਹਾ ਹੁੰਦਾ ਹੈ ਉੱਤਰ ਅਸੂ ਮਹੀਨੇ ਵਿੱਚ ਨਾ ਬਹੁਤਾ ਪਾਲਾ ਰਹਿੰਦਾ ਹੈ ਤੇ ਨਾ ਬਹੁਤੀ ਗਰਮੀ ਹੁੰਦੀ ਹੈ ਅਸੂ ਮਹੀਨੇ ਵਿੱਚ ਮੌਸਮ ਕਿ ਇਹੋ ਜਿਹਾ ਹੁੰਦਾ ਹੈ ਉਤਰ ਅਸੂ ਮਹੀਨੇ ਵਿੱਚ ਨਾ ਬਹੁਤਾ ਪਾਲਾ ਰਹਿੰਦਾ ਹੈ ਨਾ ਬਹੁਤੀ ਗਰਮੀ ਹੁੰਦੀ ਹੈ। ਪ੍ਰਸ਼ਨ ਨੰਬਰ 2 ਅਸੀਂ ਕਿਸ ਮਹੀਨੇ ਚਾਨਣੀਆਂ ਰਾਤਾਂ ਦਾ ਆਨੰਦ ਮਾਣਦੇ ਹਾਂ? ਉੱਤਰ ਅਸੀਂ ਕੱਤਕ ਵਿੱਚ ਚਾਨਣੀਆਂ ਰਾਤਾਂ ਦਾ ਆਨੰਦ ਮਾਣਦੇ ਹਾਂ। ਪ੍ਰਸ਼ਨ ਨੰਬਰ 3 ਪੋ ਵਿੱਚ ਕਿਹੋ ਜਿਹੀ ਠੰਡ ਹੁੰਦੀ ਹੈ? ਪੋ ਵਿੱਚ ਕਿਹੋ ਜਿਹੀ ਠੰਡ ਹੁੰਦੀ ਹੈ? ਉੱਤਰ ਪੋ ਵਿੱਚ ਇੰਨੀ ਠੰਡ ਹੁੰਦੀ ਹੈ ਕਿ ਉੱਪਰ ਖੇਸੀ ਲੈਣੀ ਪੈਂਦੀ ਹੈ। ਪ੍ਰਸ਼ਨ ਨੰਬਰ 4 ਜੋ ਇਸ ਵੀਡੀਓ ਦਾ ਲਾਸਟ ਕੁਐਸਚਨ ਹੈ। ਕੋਟ ਸਵੈਟਰ ਕਿਸ ਮਹੀਨੇ ਪਾਏ ਜਾਂਦੇ ਹਨ? ਉੱਤਰ ਕੋਟ ਸਵੈਟਰ ਮੱਘਰ ਦੇ ਮਹੀਨੇ ਵਿੱਚ ਪਾਏ ਜਾਂਦੇ ਹਨ। ਜਿਵੇਂ ਦੇਖੋ ਹੁਣ ਕੀ ਹੋਏਗਾ? ਕਤਕ ਸ਼ੁਰੂ ਹੋ ਰਿਹਾ ਹੈ। ਕਤਕ ਤੋਂ ਬਾਅਦ ਹੁਣ ਥੋੜੀ-ਥੋੜੀ ਠੰਡ ਹੋਣ ਲੱਗ ਜੂਗੀ। ਮੱਘਰ ਸਟਾਰਟ ਹੋਵੇਗਾ ਯਾਦ। ਤਾਂ ਉਦੋਂ ਅਸੀਂ ਕੋਟ ਸਵੈਟਰ ਪਾਣੀ ਸ਼ੁਰੂ ਕਰ ਤਵਾਂਗੇ। ਇਸ ਲਈ ਕੋਟ ਸਵੈਟਰ ਨੀੜੇ ਮੱਘਰ ਦੇ ਮਹੀਨੇ ਵਿੱਚ ਪਾਏ ਜਾਂਦੇ ਨੇ। ਇਹੀ ਵੀਡੀਓ ਇੰਤੋ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ ਫੋਰ ਵਾਚਿੰਗ ਦਿਸ ਵੀਡੀਓ